ਮਾਲਾ ਚ ਅੱਜ ਕੀ ਦੇਖਿਆ ਇੱਥੇ ਕੀ ਹੁੰਦਾ ਇਹ ਦੋ ਮੁੰਡੇ ਆਏ ਇੱਕ ਸਕੂਟਰੀ ਤੇ ਇੱਕ ਮੋਟਰਸਾਈਕਲ ਤੇ ਉਹਨਾਂ ਨੇ ਪਹਿਲਾਂ ਦੋ ਫੇਰ ਤਾਂ ਕੱਢੇ ਤੇ ਮੁੜ ਕੇ ਉਹਨਾਂ ਨੇ ਉਹਦੇ ਗੋਲੀਆਂ ਮਾਰਤੀਆਂ ਤੇ ਮੁੜ ਕੇ ਉਹਨਾਂ ਨੇ ਭੱਜ ਗਏ ਉਹ ਸੋਏ ਵਾਲੇ ਕਿੰਨੇ ਜਾਣੇ ਆਏ ਸਕੂਟਰੀ ਤੇ ਇਹ ਦੋ ਜਾਣੇ ਸਕੂਟਰੀ ਤੇ ਦੋ ਜਾਣੇ ਸਪਲੈਂਡਰ ਤੇ ਇੱਥੇ ਕੀ ਕਰਨ ਦੇ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਸਰਕਾਰੀ ਸਕੂਲ ਵਿੱਚ ਆਪਾਂ ਬੈਟ ਬਾਲ ਖੇਡਣ ਦੇ ਮੈਂ ਤੇ ਮੇਰਾ ਆਸ਼ੂ ਭਰਾ 10-12 ਜਾਣੇ ਮੁੰਡੇ ਆਏ ਸ਼ਰਨ ਮਨ ਲਵ ਟਿੱਡਾ ਤੇ ਇਹਨਾਂ ਨੇ ਆਉਂਦਿਆਂ ਗੋਲੀਆਂ ਮਾਰਤੀਆਂ ਸੱਤੂ ਕਾਹਦੀ ਗੱਲੋਂ ਮਾਰੀਆਂ ਗੋਲੀਆਂ ਕੀ ਮਸਲਾ ਪੁਰਾਣੀ ਖੁੰਦਕ ਬਾਈ ਚੱਲਦੀ ਪਈ ਲੜਾਈ ਸਰ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਨਹੀਂ ਜੀ ਕਿਹੜੀ ਜਗ੍ਹਾ ਬੈਟ ਬਾਲ ਖੇਡਦੇ ਪਏ ਕੀ ਪਿੰਡ ਦਾ ਨਾਮ ਹੈ ਸਕੂਲ ਸਰਕਾਰੀ ਸਕੂਲ ਗਰਾਊਂਡ ਵਿੱਚ ਪੁਲਿਸ ਪ੍ਰਸ਼ਾਸਨ ਕੋ ਕੀ ਜਾਂਦੇ ਜੀ ਤੁਸੀਂ ਇਨਸਾਫ ਚਾਹੀਦਾ ਸਾਨੂੰ ਜੀ ਇਹਨਾਂ ਨੇ ਬੜੀ ਵਾਰ ਮੇਰੇ ਪਹਿਲਾਂ ਮਾਰੀਆਂ ਗੋਲੀਆਂ ਫਿਰ ਪਹਿਲਾਂ ਮੇਰੇ ਮਾਰੀਆਂ ਉਦੋਂ ਨਹੀਂ ਕੋਈ ਸਾਡੀ ਕਾਰਵਾਈ ਹੋਈ ਹੁਣ ਵੀ ਨਹੀਂ ਸਾਡੀ ਕੋਈ ਕਾਰਵਾਈ ਹੋਣ ਦੀ ਆਈਡੀ ਕਾਰ ਯਾਰ ਦਾ ਥੱਲੇ ਕੋ ਇੰਡੀਅਨ ਨੂੰ ਮੈਟਰ ਹੈ ਕਾਦੀ ਗੱਲ ਗੋਲੀ ਕਿੱਲੇ ਕੀ ਮੈਟਰ ਹੈ ਕਰ ਲੈ ਮਾਲੀ ਹੋਇਆ ਮਾਲੇ ਪਿੰਡ ਚ ਚੱਲਿਆ ਝਗੜਾ ਕੋਈ ਉੱਥੋਂ ਮਾਲੀ ਉੱਤੇ ਦੀ ਕਰ ਰਹੇ ਨੇ ਜਿਹੜੀ ਗੱਲਬਾਤ ਇਹ ਦੱਸ ਰਹੇ ਗੋਲੀ ਉਹ ਕਲੀਅਰ ਕਰ ਰਹੇ ਉਹ ਆ ਰਹੇ ਨੇ ਮਾਲਾ ਥਾਣਾ ਸ਼ਹਿਰ ਚ ਪੈ ਜਾਂਦਾ ਉਹ ਚੱਲ ਕੇ ਕਲੀਅਰ ਕਰ ਰਹੇ ਉਹ ਥੱਲੇ ਕਰ ਯਾਰ ਹਾਂਜੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹਨੂੰ ਇਹਨੂੰ ਕਲੀਅਰ ਕਰ ਰਹੇ ਉਹ ਕਹਿ ਰਹੇ ਨੇ ਲੱਗੀਆਂ ਗੋਲੀਆਂ ਉਹ ਉੱਥੋਂ ਉਹ ਕਲੀਅਰ ਜੋ ਵੀ ਗੋਲੀਆਂ ਇਹਨੂੰ ਮੈਡੀਕਲ ਚ ਕਲੀਅਰ ਹੋ ਜਾਣੀ ਕੀ ਨਾਮ ਹੈ ਮੁੰਡਿਆ ਮੁੰਡੇ ਦਾ ਅਸ਼ੂ ਆ ਜੀ ਜਿਨ੍ਹਾਂ ਨੇ ਚਲਾਈਆਂ ਉਹਨਾਂ ਦਾ ਨਾਮ ਕੀ ਹੈ ਜੀ ਉਹ ਇਹ ਕਹਿ ਰਹੇ ਨੇ ਇਹ ਦੱਸ ਰਹੇ ਨੇ ਉਹ ਕੈਮੀ ਹੈਗਾ ਹਾਂਜੀ ਕੈਮੀ ਪਹਿਲਵਾਨਾ ਹਾਂਜੀ ਹਾਂਜੀ ਉਹਦੇ ਨਾਲ 4-5 ਹੋਰ ਦੱਸ ਰਹੇ ਬੱਚੇ ਕੋਲ ਆਉਂਦੇ ਉਹਦੇ ਚਾਚਾ ਨਾਲ ਸੀ ਉਹ ਦੱਸੇ ਨਾ ਕਲੀਅਰ ਕਰ ਦੇਣਗੇ ਜੋ ਵੀ ਇਹ ਦੱਸਣਗੇ ਉਹ ਸਾਨੂੰ ਕਾਨੂੰਨ ਦਾ ਅਧਿਕਾਰ ਵੀ ਹੋਣੀ ਹੋਣੀ ਠੀਕ ਹੈ ਠੀਕ ਥੈਂਕ ਸੁਨੀਤਾ ਹਾਂਜੀ ਕੀ ਮਸਲਾ ਜੀ ਸਾਰਾ ਬਾਤੀ ਦੇ ਮੈਂ ਰਹਿਣ ਵਾਲੀ ਹਾਂਜੀ ਮਾਲੀਆਂ ਵਾਲੀ ਗਲੀ ਚੌਂਕੀ ਦੀ ਬੈਕ ਸਾਈਡ ਹਾਂਜੀ ਕੀ ਗੱਲ ਹੋਈ ਜੀ ਝਗੜਾ ਇਹ ਹੋਇਆ ਵੀ ਮੇਰਾ ਬੇਟਾ ਤੇ ਉਹਨਾਂ ਦਾ ਬੇਟਾ ਚਰਚ ਵਿੱਚ ਆਪਣੀ ਮੰਮੀ ਨੂੰ ਲੈਣ ਜਾਣ ਡੇ ਸੀ 2017 ਚ 19 ਤਰੀਕ 2 ਤਰੀਕ ਨੂੰ ਇਹਨਾਂ ਨੇ ਮੁੰਡੇ ਨੂੰ ਫੜ ਕੇ ਨਾਲੇ ਵੱਢਿਆ ਟੁੱਕਿਆ ਰੀਹ ਦੇ ਨਾਲ ਤੇ ਨਾਲੇ ਉਹਦੇ ਗੋਲੀਆਂ ਮਾਰੀਆਂ ਬਾਕੀ ਫੇਰ ਸ਼ਰਲੇ ਚਲਾਏ ਇਹਨਾਂ ਨੇ ਸਾਡੀ ਗਲੀ 'ਚੋਂ ਭੱਜ ਕੇ ਉਹ ਸਾਡਾ ਮੁੰਡਾ ਇੱਥੇ ਨਾਲ ਹੀ ਆਇਆ ਜਿਹਦੇ ਨਾਲ ਹੋਣਾ ਦੋ ਮੁੰਡਿਆਂ ਨੂੰ ਸ਼ਰਲਾ ਵੱਜਾ ਇੱਕ ਦੇ ਇੱਥੇ ਵੱਜਾ ਇੱਕ ਦੇ ਇੱਥੇ ਵੱਜਾ ਅਜੇ ਤੱਕ ਕੋਈ ਸ਼ਰਲਾ ਨਹੀਂ ਨਿਕਲਿਆ ਫੇਰ ਦੁਬਾਰਾ ਸਾਡੇ ਮੁੰਡਿਆਂ ਦੇ ਗਾਲ ਪੈ ਗਏ ਆ ਆਪੇ ਸੱਟਾ ਪਿੱਟਾ ਲਵਾ ਕੇ ਨਾ ਮੁੰਡਿਆਂ ਸਾਡਿਆਂ ਦੇ ਭਾਈ ਫੈਲਾ ਦੇ ਝੂਠੇ ਪਰਚੇ ਪਾਤੇ ਆ ਤੇ ਪੰਜ ਪੰਜ ਪਰਚੇ ਇਹਨਾਂ ਨੇ ਝੂਠੇ ਪਾਤੇ ਆ ਪਰਚੇ ਕਿੰਨੇ ਕਰਾਏ ਆ ਦਿੱਤੀ ਨੇ ਤੇ ਸੋਨੂ ਨੇ ਸਾਡੀ ਕਿਸੇ ਨੇ ਨਹੀਂ ਸੁਣੀ ਉਦੋਂ ਹੈਗਾ ਸੀ ਥਾਣੇਦਾਰ ਅੰਬਰ ਅੰਬਰ ਨੇ ਸਾਡੇ ਉਹ ਮੁੰਡੇ ਸਾਡੇ ਤੁੰਨੇ ਸਾਡੇ 8-10 ਘਰ ਆ ਜਿਨ੍ਹਾਂ ਦਾ ਜੀਣਾ ਆਰਾਮ ਕੀਤਾ ਸਾਰੇ ਮੁੰਡੇ ਘਰਾਂ 'ਚ ਭਗੌੜੇ ਆ ਅਸੀਂ ਬੜੀਆਂ ਦੁਖੀ ਆ ਚਾਰ ਜਨਾਨੀਆਂ ਅਸੀਂ ਰੰਡੀਆਂ ਜਿਹੜੀਆਂ ਅਸੀਂ ਧੱਕੇ ਖਾਂਦੀਆਂ ਫਿਰ ਕੋਠੀਆਂ ਦੇ ਭਾਂਡੇ ਮਾਂਜ ਮਾਂਜ ਗਏ ਮੁੰਡੇ ਜੇਲ੍ਹਾਂ 'ਚੋਂ ਕਢਾਏ ਜੇ ਜੇਲ੍ਹਾਂ 'ਚੋਂ ਆ ਗਏ ਆ ਨਾ ਹੁਣ ਇਹ ਘਰਾਂ 'ਚ ਨਹੀਂ ਵੜਨ ਦਿੰਦੇ ਜੇ ਬਾਹਰ ਰਹਿੰਦੇ ਆ ਨਾ ਇਹ ਪਿੱਛੇ ਕਰਨ ਡਏ ਆ ਉਹੀ ਗੋਲੀ ਚਲਾਉਂਦੇ 6ਵੀਂ ਵਾਰੀ ਗੋਲੀ ਚਲਾਉਂਦੇ 6ਵੀਂ ਵਾਰਾਂ ਨਾਲ ਗੋਲੀ ਚਲਾਤੀ ਸਾਡਾ ਜੀਣਾ ਆਰਾਮ ਕੀਤਾ ਸਾਡੇ ਆ ਮੁੰਡਾ ਵਾ ਤੇ ਇਹਨੂੰ ਵੀ ਗਲੀ ਵਿੱਚ ਫੜ ਕੇ ਤੇ ਕੁੱਟ ਦਿੱਤਾ ਉਹਨਾਂ ਨੇ ਫੜ ਕੇ ਠੀਕ ਹੈ ਜੀ ਠੀਕ ਹੈ ਸਰਕਾਰ ਕੋ ਕੀ ਮੰਗਣਾ ਚਾਹੁੰਦੇ ਸਰਕਾਰ ਕੋ ਕੀ ਮੰਗਣਾ ਕੋਈ ਇਨਸਾਫ ਚਾਹੀਦਾ ਸਾਨੂੰ ਸਾਡਾ ਕੋਈ ਇਨਸਾਫ ਨਹੀਂ ਹੋਇਆ 2 ਸਾਲ ਹੋ ਗਏ ਸਾਨੂੰ ਧੱਕਿਆ ਖਾਂਦੇ ਨੂੰ ਲੋਕਾਂ ਦੇ ਬਾਥਰੂਮ ਤੋਂ ਭਾਂਡੇ ਮਾਂਜ ਉਹ ਗੱਤ ਜੇਗਾ ਠੀਕ ਹੈ ਬਹੁਤ ਖਤਰਾ ਉਹਨਾਂ ਨੂੰ ਇਹ ਬਿਠਾਉਂਦੇ ਮੇਚਾ ਤੇ ਟੇਪ ਜੀ ਮੇਰਾ ਨਵੀਂ ਵਾਦੀ ਰਤਨ ਸਿੰਘ ਚੌਂਕ ਹਾਂਜੀ ਤੁਹਾਡਾ ਨਾਮ ਕੀ ਵਾਲੀ ਗਲੀ ਮੈਂ ਜੀਤੌਰ ਮੇਰਾ ਨਾਮ ਹੈ ਮੇਰੇ ਬੇਟੇ ਦਾ ਨਾਮ ਅਸ਼ੂ ਆ ਹਾਂਜੀ 6 ਸਾਲ ਪਹਿਲੇ ਇਹਨਾਂ ਨੇ 3-4 ਵਾਰੀ ਮੇਰੇ ਮੁੰਡੇ ਨੂੰ ਪਹਿਲੇ ਵੀ ਕੁੱਟਿਆ ਜੇਲੇ ਵੀ ਭੇਜਿਆ ਨਜਾਇਜ਼ ਪਰਚੇ ਨਜਾਇਜ਼ ਕਰਾਏ ਇਹਨਾਂ ਨੇ ਮੇਰੇ ਮੁੰਡੇ ਦੀ ਜ਼ਿੰਦਗੀ ਖਰਾਬ ਕਰਤੀ ਆ ਔਰ 5 ਵਾਰੀ ਗੋਲੀ ਚਲਾਈ ਨਹੀਂ ਲੱਗੀ ਗੋਲੀ ਉਹਨੂੰ ਆ 6ਵੀਂ ਵਾਰੀ ਗੋਲੀ ਲੱਗੀ ਆ
ਇਹ ਬੰਦੇ ਹੈਗੇ ਬਿੱਟੂ ਘੋਚਾ ਸਾਬਾ ਡੰਗਰ ਇਹ ਆਪ ਗੈਂਗਸਟ ਹੈਗੇ ਸਾਰੇ ਇਹਨਾਂ ਦੀ ਟੀਮ ਗੈਂਗ ਔਰ ਇਹਨਾਂ ਨੇ ਜਿਹੜੇ ਮੁੰਡੇ ਛੱਡੇ ਲੋਕਾਂ ਨੂੰ ਕਹਿੰਦੇ ਅਸੀਂ ਭਲਵਾਨੀ ਕਰਾਉਂਦੇ ਹਾਂ ਅਤੇ ਜੰਮਦੇ ਬੱਚਿਆਂ ਨੂੰ ਲਿਜਾ ਕੇ ਅਤੇ ਫੜਾਉਂਦੇ ਕਿਰਪਾਨਾਂ ਦਾਤਰ ਪਿਸਤੌਲਾਂ ਫੜਾਉਂਦੇ ਆ ਮਸਲਾ ਕੀ ਅਤੇ ਕੌਣ ਸਪੋਰਟ ਕਰਨ ਦਿਆ ਜੀ ਇਹਨਾਂ ਦੀ ਸਪੋਰਟ ਕਰਦਾ ਸੋਨੂ ਦੱਤੀ ਮੋਇਆ ਜਿਹੜਾ ਬਣ ਗਿਆ ਕਲੈਣਾ ਮੈਂ ਤਾਂ ਕੁੱਲ ਕਲੈਣੇ ਨੂੰ ਕਿਹਾ ਮੈਂ ਕਿਹਾ ਸ਼ਰਮ ਆਉਂਦੀ ਆ ਕਾਂਗਰਸ ਬਣ ਗਈ ਦੱਤੀ ਆਹੋ ਦੱਤੀ ਮੋਇਆ ਛੇ ਗੋਲੀਆਂ ਮਰਵਾਉਂਦਾ ਸੋਨੂ ਦੱਤੀ ਗੋਲੀਆਂ ਮਰਵਾਉਂਦਾ ਕਿੰਨੀਆਂ ਗੋਲੀਆਂ ਵੱਜੀਆਂ ਤੁਹਾਡੇ ਬੇਟੇ ਮੇਰੇ ਬੇਟੇ ਨੂੰ ਛੇ ਗੋਲੀਆਂ ਵੱਜੀਆਂ ਇਹਨਾਂ ਨੂੰ ਵੀ ਛੇ ਹੀ ਮਾਰਨੇ ਇਹਨਾਂ ਨੂੰ ਛੱਡਣਾ ਨਹੀਂ ਵੇਖ ਕੇ ਹੁਣ ਸਰਕਾਰ ਮੇਰੇ ਬੇਟੇ ਨੂੰ ਸਰਕਾਰ ਹੋ ਗਿਆ ਹਾਲ ਵੇਖੇ ਕੀ ਸਰਕਾਰ ਕੋ ਕੀ ਮੰਗ ਸਰਕਾਰ ਕੋਲੋਂ ਥੁੱਕ ਨੇ ਸਰਕਾਰ ਨੂੰ ਇਹ ਕਾਂਗਰਸ ਨੂੰ ਸਰਕਾਰ ਕੋ ਕਾਰਵਾਈ ਕਿਸੇ ਕੀ ਹੱਥ ਨਾ ਕਰੇ ਸ਼ਾਹ ਛੱਡ ਕੁਛ ਨਹੀਂ ਕਰਦੇ ਕੁਛ ਨਹੀਂ ਕਰਦੇ ਅਸੀਂ ਪਿੰਡ ਗਏ ਸਾਡੀਆਂ ਜੁੱਤੀਆਂ ਟੁੱਟ ਕੇ ਗਏ ਸੀ ਕਿੰਨੇ ਸਾਲ ਹੋ ਗਏ ਝਗੜਾ ਚੱਲਦੇ ਝਗੜਾ ਚੱਲਦੇ ਨੂੰ 2 ਸਾਲ ਹੋ ਗਏ ਆ ਕੋਈ ਨਹੀਂ ਸਾਡਾ ਸੁਣਦਾ ਕੋਈ ਨਹੀਂ ਮੈਂ ਸੋਨੂੰ ਰੋਜ਼ ਆਂਦਾ ਵਾ ਮੰਨੂ ਰੋੜਾ ਦੀ ਕੋਠੀ ਮੈਂ ਤਰਲੇ ਲੈਂਦੀ ਭਾਜੀ ਮੇਰੇ ਬੱਚੇ ਨੂੰ ਬਚਾ ਲਓ ਗੋਲੀਆਂ ਮਾਰਨ ਨੂੰ ਫਿਰਦੇ ਆ ਕਹਿੰਦਾ ਕਹਿੰਦਾ ਕਰਾਨਾ ਰਾਜੀਨਾਮਾ ਕਰਾਨਾ ਰਾਜੀਨਾਮਾ ਸੋਨੂੰ ਦੱਤੀ ਨੇ ਗੋਲੀਆਂ ਮਰਵਾਈਆਂ ਸੋਨੂੰ ਨੇ ਮਰਵਾਈਆਂ ਮੇਰੇ ਮੁੰਡੇ ਨੂੰ ਗੋਲੀਆਂ ਜੋ ਚਾਹੁੰਦੇ ਤੇ ਕਦੋਂ ਦਾ ਰਾਜੀਨਾਮਾ ਵੀ ਹੋ ਸਕਦਾ ਸੀ ਨਿਬੜ ਵੀ ਸਕਦਾ ਸੀ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਸਾਨੂੰ ਇਨਸਾਫ ਚਾਹੀਦਾ ਮੈਂ ਗਰੀਬਣੀ ਇੱਕੋ ਮੇਰਾ ਬੱਚਾ ਮੈਂ ਬੜੀ ਮੁਸ਼ਕਲ ਪਾਲਿਆ ਆਦਮੀ ਮੇਰੇ ਮਰੇ ਨੂੰ 4-5 ਸਾਲ ਹੋ ਗਏ ਮੈਂ ਆਪਣਾ ਬੱਚਾ ਬੜਾ ਹੀ ਖੂਨ ਲੋਕਾਂ ਦੇ ਗੁੱਟਾਂ ਨਾਲ ਪਾਲਿਆ ਠੀਕ ਹੈ ਜੀ ਮੈਂ ਗੁੱਟ ਗੱਜ ਤੱਕ ਆਪਣਾ ਬੱਚਾ ਪਹਿਲਾਂ ਮੇਰੇ ਕੋਲ ਹੁਣ ਕੋਈ ਪੈਸਾ ਵੀ ਨਹੀਂ ਰਹਿੰਦਾ ਇਹਨਾਂ ਨੇ ਮੇਰੇ ਬੱਚੇ ਦੇ ਝੂਠੇ 6 ਪਰਚੇ ਕਰਵਾ ਕੇ ਜੇਲੇ ਭੇਜਿਆ ਇੰਨੀਆਂ ਮਿਲਜ਼ਮਾਨ ਕਿੰਨਾਂ ਨੇ ਪਰਚੇ ਕਰਾਏ ਇਹਨੇ ਬਿੱਟੂ ਨੇ ਕਰਾਏ ਬਿੱਟੂ ਨੇ ਝੂਠੇ ਪਰਚੇ ਕਰਾਏ ਦੱਤੀ ਨੇ ਕਰਾਏ ਬਿੱਟੂ ਸਾਰੀ ਸਪੋਰਟ ਦੱਤੀ ਤੋਂ ਲੈਂਦਾ ਵਾ ਸੋਨੂੰ ਦੱਤੀ ਤੋਂ ਲੈਂਦਾ